ਸਤਿ ਸ਼੍ਰੀ ਅਕਾਲ ਜੀ, ਸਵੈਗ ਦੇਸ਼ੀ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਮਿਕਸ ਵੈਜੀਟੇਬਲ ਬਣਾਵਾਂਗੇ। ਕਈ ਵਾਰੀ ਅਸੀਂ ਜੋ ਸਬਜ਼ੀਆਂ ਖਰੀਦ ਕੇ ਲਿਆਉਂਦੇ ਹਾਂ ਤਾਂ ਥੋੜ੍ਹੀ ਥੋੜ੍ਹੀ ਸਬਜ਼ੀਆਂ ਕਈ ਬਚ ਜਾਂਦੀਆਂ ਨੇ, ਤਾਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਕਸ ਬਣਾ ਸਕਦੇ ਹਾਂ, ਅਤੇ ਸਪੈਸ਼ਲ ਵੀ ਸਬਜ਼ੀਆਂ ਖਰੀਦ ਕੇ ਵੀ ਬਣਾਈਆਂ ਜਾ ਸਕਦੀਆਂ ਨੇ। ਅਤੇ ਅੱਜ ਅਸੀਂ ਜਿਹਨਾਂ ਜਿਹਨਾਂ ਸਬਜ਼ੀ ਲਈਆਂ ਨੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਇਹਦੇ ਵਿੱਚ ਅਸੀਂ ਲਏ ਨੇ ਜੀ ਆਲੂ, ਦੋ ਤਿੰਨ ਆਲੂ ਲੈ ਲਏ ਨੇ, ਗੋਭੀ, ਕੈਪਸਿਕਮ, ਮਟਰ ਔਰ ਇੱਧਰ ਬੀਨਸ ਨੇ ਔਰ ਗਾਜਰਾਂ, ਅਸੀਂ ਇਹ ਸਬਜ਼ੀਆਂ ਲਈਆਂ। ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਪਸੰਦ ਹੋਵੇ ਤਾਂ ਤੁਸੀਂ ਮਿਕਸ ਕਰ ਸਕਦੇ ਹੋ ਜਾਂ ਇਸ ਵਿੱਚੋਂ ਕੋਈ ਘੱਟ ਕਰ ਸਕਦੇ ਹੋ। ਤਾਂ ਆਮ ਆਪਾਂ ਜਿਸ ਤਰ੍ਹਾਂ ਸਬਜ਼ੀ ਤੜਕਾ ਲਗਾਉਂਦੇ ਹਾਂ ਉਸੇ ਤਰ੍ਹਾਂ ਇਸ ਨੂੰ ਤੜਕਾ ਲਗਾਵਾਂਗੇ। ਤਾਂ ਅਸੀਂ ਇਹ ਕੜਾਹੀ ਕਿਨਮ ਉਹਦੇ ਵਿੱਚ ਕੜਾਹੀ ਤੇਲ ਪਾਤਾ, ਗਰਮ ਹੋ ਗਿਆ। ਇਹਦੇ ਵਿੱਚ ਅਸੀਂ ਪਾਵਾਂਗੇ ਜੀ ਜੀਰਾ, ਜੀਰਾ ਸਾਡਾ ਲਾਲ ਹੋ ਰਿਹਾ ਹੈ, ਇਹਦੇ ਵਿੱਚ ਅਸੀਂ ਹਰਾ ਲਸਣ ਲਿਆ ਹੈ। ਅੱਜ ਕੱਲ੍ਹ ਸਰਦੀਆਂ ਦੇ ਮੌਸਮ 'ਚ ਹਰਾ ਲਸਣ ਬਹੁਤ ਆਉਂਦਾ ਹੈ ਔਰ ਸਬਜ਼ੀਆਂ ਦੇ ਵੀ ਬੜਾ ਟੇਸਟੀ ਲੱਗਦਾ ਹੈ। ਲਸਣ ਪਾ ਦਿੰਦੇ ਹਾਂ ਸਬਜ਼ੀ ਦੇ ਵਿੱਚ, ਪਿਆਜ਼ ਦਾ ਇਸਤੇਮਾਲ ਨਹੀਂ ਕਰਾਂਗੇ। ਪਿਆਜ਼ ਤੋਂ ਬਿਨਾਂ ਸਬਜ਼ੀ ਬਣਾਵਾਂਗੇ, ਅਤੇ ਜੇ ਤੁਸੀਂ ਚਾਹੋ ਤਾਂ ਪਿਆਜ਼ ਪਾ ਸਕਦੇ ਹੋ। ਸੁੱਕੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਬਿਨਾਂ ਪਿਆਜ਼ ਦੇ ਵੀ ਅੱਛੇ ਬਣ ਜਾਂਦੀਆਂ। ਅਤੇ ਦੋ ਤਿੰਨ ਅਸੀਂ ਹਰੀਆਂ ਮਿਰਚਾਂ ਲਈਆਂ, ਅਦਰਕ ਅਦਰਕ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ, ਅਤੇ ਜੇ ਤੁਸੀਂ ਪੀਸ ਕੇ ਪਾਉਣਾ ਹੋਵੇ ਤਾਂ ਪੀਸ ਕੇ ਵੀ ਪਾ ਸਕਦੇ ਹੋ। ਪਾਵਾਂਗੇ ਜੀ ਹਲਦੀ ਇੱਕ ਚਮਚ, ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੇ, ਹਰੀ ਮਿਰਚ ਵੀ ਪਾਈਏ, ਅਤੇ ਲਾਲ ਮਿਰਚ ਜਿਹੜੀ ਹੈ ਜੀ ਆਪਣੇ ਟੇਸਟ ਦੇ ਮੁਤਾਬਕ। ਇਹਦੇ ਵਿੱਚ ਪਾਣੀ ਪਾ ਦਿੰਦੇ ਧਨੀਆ ਤੋੜ ਦੇ ਇੱਕ ਚਮਚ, ਗਰਮ ਮਸਾਲਾ ਇੱਕ ਚਮਚ, ਅਤੇ
नमक पावांगे जी, नमक अपने टेस्ट के मुताबिक। सब्जियां पा देंगे, कैप्सिकम जड़ी है वो बाद पावांगे, अजे नहीं पावांगे क्योंकि वो जल्दी तैयार हो जाएगी, लास्ट पावांगे तो सेट कर सकते हैं कि पक जाएंगे। सब्जियां में जल्दी तरह मसाले के भी मिक्स कर करके मिक्स हो गई है सारी सब्जी। थोड़ा जहा पानी पा लेंगे, सब्जी साड़ी तकरीबन बन गई है। थोड़ा सी ये जी साड़िया कैप्सिकम सीलियाँ ये पा लाइए, नाल ही ये लास्ट में टमाटर पाओगे। पीछा सब्जी आप टमाटर जो पहला पाने ये असी जरा टमाटर असी लास्ट में पा रहे हैं, ये सब्जी का टेस्ट बहुत वधिया बनता है, नाले जी सब्जी है वो छेती गल जाती है क्योंकि टमाटर की खटास के नाल जी सब्जी छेती पकती है। इन्हें थोड़ा जहा ढक देंगे तो 5-7 मिनट में ही बस सब्जी साड़ी जी तैयार होने वाली है। सब्जी साड़ी तैयार हो गई है, लास्ट में ये अभी
ਧਨੀਆ ਪਾ ਲਵਾਂਗੇ। ਸਬਜ਼ੀ ਸਾਡੀ ਜਿਹੜੀ ਜੀ ਬਹੁਤ ਵਧੀਆ ਔਰ ਵੇਖਣ 'ਚ ਵੀ ਬਹੁਤ ਸੋਹਣੀ ਲੱਗ ਰਹੀ ਹੈ ਔਰ ਟੇਸਟੀ ਵੀ ਹੈ, ਅਤੇ ਤੁਸੀਂ ਜ਼ਰੂਰ ਇਸ ਤਰ੍ਹਾਂ ਮਿਕਸ ਵੈੱਜ ਬਣਾਓ। ਇਹ ਜਿਹੜੀ ਹੈ ਜ਼ਿਆਦਾ ਇਹਦੇ 'ਚ ਪੌਸ਼ਟਿਕ ਗੁਣ ਜ਼ਿਆਦਾ, ਹਰ ਇੱਕ ਤਰ੍ਹਾਂ ਦੀ ਸਬਜ਼ੀ ਪੈਣ ਨਾਲ ਹਰ ਇੱਕ ਤਰ੍ਹਾਂ ਦੇ ਵਿਟਾਮਿਨ, ਔਰ ਇਹ ਸਬਜ਼ੀ ਜਿਹੜੀ ਹੈ ਰੋਟੀ ਪਰੌਂਠੀ ਜਾਂ ਵੈਸੇ ਹੀ ਤੁਸੀਂ ਬਿਨਾਂ ਆਪਣਾ ਰੋਟੀ ਦੇ ਵੈਸੇ ਵੀ ਖਾ ਸਕਦੇ ਹੋ, ਬੜੀ ਟੇਸਟੀ ਸਬਜ਼ੀ ਹੁੰਦੀ ਹੈ ਔਰ ਤੁਸੀਂ ਵੀ ਜ਼ਰੂਰ ਬਣਾਓ ਅਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਅਗਲੀ ਰੈਸਪੀ ਲੈ ਕੇ ਫਿਰ ਹਾਜ਼ਰ ਹੋ।